हाँ जी, सत श्री अकाल जी, सारिआं नूं स्वागत है तुहाडा सारिआं दा पंजाब दा अपना स्वाद दे इक होर एपीसोड दे विच। अज मैं तुहानूं लै के आया श्री अमृतसर दे विच सरदार जी दा पंजाबी ढाबा, मक्की दी रोटी, सरों दा साग एंड चाटी दी लस्सी। इन्हां दी मक्की दी रोटी ते सरों दा साग बहुत ही ज़्यादा फेमस आ। बाकी भाजी नाल गल करदे आ, उह तुहानूं सारा दस्सणगे। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਭਾਜੀ? ਠੀਕ ਆ ਜੀ। ਭਾਜੀ ਕਦੋਂ ਤੋਂ ਲਗਾ ਰਹੇ ਤੁਸੀਂ ਇੱਥੇ ਕਾਰਡ? ਇਹ 9 ਸਾਲ ਤੋਂ ਜੀ। ਠੀਕ ਆ ਜੀ। ਤੇ ਕੀ ਕੀ ਦਿੰਦੇ ਜੀ ਆਪ ਜੀ? ਮੇਰੇ ਕੋਲ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਾਲ ਮੱਖਣ ਤੇ ਨਾਲ ਸਲਾਦ ਹੁੰਦਾ ਹੈ, ਨਾਲ ਲੱਸੀ ਦਾ ਗਲਾਸ ਹੁੰਦਾ। ਠੀਕ ਆ। ਤੇ ਜਿਹੜਾ ਤੁਸੀਂ ਭਾਜੀ ਸਾਗ ਇੱਥੇ ਆ ਕੇ ਸਰਕਦੇ ਕਿ ਤਾਂ ਘਰੇ? ਕਣਕਾਂ ਦਾ ਫੇਲਾ ਅਸੀਂ ਘਰੋਂ ਲਗਾ ਕੇ ਲਿਆਉਂਦੇ ਆ। ਹਾਂਜੀ। ਤਾਂ ਮੱਕੀ ਦੀ ਰੋਟੀ ਨਾਲ ਤਿਆਰ ਕਰਕੇ ਲਿਆਈਦੀ ਆ। ਹਾਂਜੀ। ਨਾਲ ਲੱਸੀ ਵੀ ਬਣਾ ਕੇ ਲਿਆਈਦੀ ਆ। ਇਹ ਤੁਸੀਂ ਪਲੇਟ ਤੇ ਲਾ ਰਹੇ ਜੇ ਨਵੀਂ? ਹਾਂਜੀ, ਪਲੇਟ ਲੱਗਦੀ ਪਈ ਆ। ਹਾਂਜੀ। ਦੋ ਪਲੇਟਾਂ ਲਗਾਉਣੀਆਂ ਆਪਾਂ। ਹਾਂਜੀ, ਉਹ ਲਗਾ ਰਹੇ ਆ। ਇਹਦੇ ਵਿੱਚ ਮੂਲੀ ਆ ਗਈ ਜੀ। ਮੂਲੀ ਆ ਗਈ, ਮੂਲੀ ਆ ਗਈ। ਸਿਰਫ ਗਰਮ ਕਰਕੇ ਦਿੰਦੇ ਤੁਸੀਂ? ਹਾਂ, ਇੱਥੇ ਗਰਮ ਹੀ ਕਰੀਦਾ, ਆ ਕੇ ਘਰੋਂ ਤੜਕਾ ਲਗਾ ਕੇ ਲਿਆਈਦਾ। ਆ ਕੀ ਚੀਜ਼ ਆ ਇਹ? ਆਪਣੀ ਚਟਨੀ ਆ। ਠੀਕ ਆ ਜੀ। ਹਰੀ ਮਿਰਚ, ਪਿਆਜ਼ ਤੇ ਪੂਤਨਾ ਪਾਇਆ ਇਹ ਚ। ਹਾਂਜੀ, ਇਹ ਨਾਲ ਦੇਈਦੀ ਆ। ਹਾਂਜੀ, ਇਹਦੇ ਨਾਲ ਸਾਗ ਬੜਾ ਸਵਾਦ ਲੱਗਦਾ। ਠੀਕ ਆ। ਹਾਂਜੀ, ਸਾਗ ਦਾ ਡਾ ਤੌੜੀ ਵਾਲਾ ਹੁੰਦਾ ਕਿ ਦੂਸਰਾ ਹੁੰਦਾ? ਇਹ ਤੌੜੀ ਵਾਲਾ ਹੀ ਹੁੰਦਾ ਵਾ। ਇੱਕ ਬੁਲਕਾ ਕੋਈ ਇਹ ਲੱਗੀ ਆਪਣੀ ਰੋਟੀ ਗਰਮ ਹੋਣ। ਠੀਕ ਆ ਜੀ। ਐਵ ਆਪਣੀ ਮਕਈ ਦੀ ਰੋਟੀ। ਠੀਕ ਆ। ਜੋ ਇਹ ਘਰੋਂ ਬਣਾ ਕੇ ਲਿਆਉਂਦੀਆਂ ਨੇ। ਠੀਕ ਆ। ਇਹਨੂੰ ਆਪਾਂ ਹੁਣ ਗਰਮ ਕਰਨਾ ਇੱਥੇ। ਆ ਆ ਗਿਆ ਸਾਗ। ਇਹ ਆਪਣਾ ਸਾਗ ਹੈ, ਪਲੇਟਾਂ ਲੱਗਦੀਆਂ ਦੋ। ਹਾਂਜੀ, ਤੌੜੀ ਵਾਲਾ। ਤੌੜੀ ਵਾਲਾ ਸਾਗ। ਤੌੜੀ ਵਾਲੇ ਦੇ ਤੇ ਭਾਜੀ ਦੂਸਰੇ ਸਾਗ ਦੇ ਵਿੱਚ ਫਰਕ ਵੀ ਹੁੰਦਾ ਸਵਾਦ ਦਾ? ਸਵਾਦ ਦਾ ਹੀ ਫਰਕ ਪਾਉਂਦਾ, ਨਾਲੇ ਇਹ ਖਰਾਬ ਨਹੀਂ ਹੁੰਦਾ ਜਲਦੀ। ਹਾਂਜੀ, ਜਿਹੜਾ ਤੌੜੀ ਦਾ ਸਾਗ ਹੁੰਦਾ ਨਾ। ਹਾਂਜੀ, ਇਹਨੂੰ ਕੋਈ ਲੋਹਾ ਨਹੀਂ ਖੁਰਿਆ, ਕੁਛ ਨਹੀਂ ਖੁਰਿਆ ਹੈਗਾ। ਜਿਸ ਤਰ੍ਹਾਂ ਕਹਿ ਦਿੰਦੇ ਨੇ ਵੀ ਬਿਮਾਰੀਆਂ ਲੱਗਦੀਆਂ ਨੇ ਭਾਂਡੇ 'ਚ ਆਪਾਂ ਬਣਾਈਏ ਤੇ, ਜ਼ਿਆਦਾ ਰਿੰਨਾ ਕਿਤੇ ਲੋਹਾ ਖੁਰਦਾ ਆ। ਇਹ ਤੌੜੀ ਦਾ ਸਾਗ ਦਾ ਇਹ ਹਿਸਾਬ ਆ ਵੀ ਇਹ ਖਰਾਬ ਨਹੀਂ ਹੋਣਾ, ਇਹਨੇ ਖੁਰਨਾ ਵੀ ਨਹੀਂ ਹੈਗਾ, ਇਹ 'ਚ ਲੋਹਾ ਵੀ ਨਹੀਂ ਖੁਰਦਾ ਹੈਗਾ। ਇਹਦੇ ਖਾਣ ਦਾ ਟੇਸਟ ਦਾ ਪੂਰਾ ਅੱਗ ਵਾਲਾ ਅੱਗ ਦੇ ਸਾਗ ਬਣਿਆ ਹੋਇਆ ਵਾ, ਅਤੇ ਤੌੜੀ ਦਾ ਆਪਾਂ ਸਾਗ ਬਣਾਇਆ ਹੋਇਆ ਆ। ਹਾਂਜੀ, ਇਹ ਖਰਾਬ ਨਹੀਂ ਹੁੰਦਾ ਜਲਦੀ, ਨਾ ਇਹਨੇ ਖਰਾਬ ਹੋਣਾ ਵਾ, ਦੇਖ ਸਵਾਦ ਹੀ ਇਹਦਾ, ਸਵਾਦ ਦਾ ਪੂਰਾ ਫਰਕ ਹੋਏਗਾ ਕਿਉਂਕਿ ਅੱਗ ਦਾ ਵਿੱਚ ਗੋਹਿਆਂ ਦਾ ਸਮੈਲ ਆਏਗੀ, ਸਵਾਦ ਆਏਗਾ। ਨਾਲ ਚਾਟੀ ਦੀ ਲੱਸੀ ਵੀ ਦਿੰਦੇ ਜੀ? ਚਾਟੀ ਦੀ ਲੱਸੀ ਦਈਦੀ ਹੈ। ਇਹ ਆ ਜੀ ਆਪਣਾ ਮੱਖਣ ਆ ਜੀ। ਠੀਕ ਆ। ਇਹ ਪੇੜੇ ਬਣਾ ਕੇ ਰੱਖੇ ਹੁੰਦੇ ਆਪਾਂ। ਇਹ ਤੁਸੀਂ ਮੱਖਣ ਜਿਹੜਾ ਆ ਆਪ ਤਿਆਰ ਕਰਦੇ ਹੋ? ਹਾਂਜੀ, ਇਹ ਕਰੀਦਾ ਆ, ਕਰੀਮ ਦਾ ਬਣਾਈਦਾ ਆ। ਠੀਕ ਆ। ਆ ਗਿਆ ਵਿੱਚ ਮੱਖਣ ਸਾਗ ਦੇ। ਇਹ ਤਾਜ਼ੀ ਕਰੀਮ ਦਾ ਮੱਖਣ ਬਣਾਇਆ। ਹਾਂਜੀ, ਤਾਜ਼ੀ ਕਰੀਮ ਦੇ ਨਾਲ ਇਹ ਮੈਂ ਕਹਿੰਦਾ ਮਤਲਬ। ਹਾਂਜੀ, ਜਿਹੜੀ ਬਈ ਕਰੀਮ ਹੁੰਦੀ ਉਹਦਾ ਮੱਖਣ ਦਾ ਪੀਲੇ ਰੰਗ ਦਾ। ਹਾਂਜੀ, ਤੇ ਜਿਹੜੀ ਤਾਜ਼ੀ ਕਰੀਮ ਹੁੰਦੀ ਆ ਉਹਦਾ ਹੋਏਗਾ ਮੱਖਣ ਚਿੱਟਾ। ਠੀਕ ਆ। ਹਾਂਜੀ, ਵਾਈਟ ਮੱਖਣ। ਹਾਂਜੀ ਹਾਂਜੀ, ਲਗਾਵਾਂਗੇ। ਹਾਂ ਹਾਂ, ਕੋਈ ਗੱਲ ਨਹੀਂ, ਲਗਾ ਕੇ ਦੱਸਾਂਗੇ ਤੁਹਾਨੂੰ। ਹੈ ਜੀ ਆਪਣੇ ਕੋਲ ਲੱਸੀ। ਜੀ, ਇਹਦਾ ਟੇਸਟ ਦਾ ਫਰਕ ਹੁੰਦਾ? ਇਹਦਾ ਟੇਸਟ ਦਾ ਕੀ ਫਰਕ ਹੁੰਦਾ? ਇਹਦਾ ਫਰਕ ਇਹ ਮਾੜਾ ਖੱਟੇ ਪੰਜ ਹੋਏਗੀ ਜਦੋਂ ਪੀਣੀ ਹੈ ਨਾ। ਚਾਟੀ ਦਾ ਮਤਲਬ ਇਹ ਹੁੰਦਾ ਵਾ ਕਿ ਚਾਟੀ ਦੀ ਲੱਸੀ ਦਾ ਇਹਨੂੰ ਖੱਟੀ ਕਰਨ ਦੀ ਲੋੜ ਨਹੀਂ ਪੈਂਦੀ ਜੋ ਆਪਾਂ ਚਾਟੀ ਵਿੱਚ ਪਾਈ ਹੁੰਦੀ ਹੈ। ਹਾਂਜੀ, ਅਤੇ ਇਹਦਾ ਖੱਟੇ ਖੱਟੇ ਸਵਾਦ ਆਏਗਾ, ਫਿਰ ਉੱਥੋਂ ਪਤਾ ਲੱਗੇਗਾ ਵਾਕਈ ਆ ਜੋ ਲੱਸੀ ਚਾਟੀ ਦੀ ਆ। ਜਿਹੜੇ ਪੁਰਾਣੇ ਬੰਦੇ ਆ ਇਹ ਲੱਸੀ ਤੋਂ ਪਛਾਣ ਕਰ ਲੈਂਦੇ ਨੇ ਵੀ ਵਾਕਈ ਲੱਸੀ ਹੈ ਚਾਟੀ ਦੀ ਹੈ। ਇਹ ਜਿਹੜਾ ਮਸਾਲਾ ਇਹ ਲੂਣ ਹੁੰਦਾ ਆ, ਇਹਦੇ ਵਿੱਚ ਜੀਰਾ ਭੁੰਨ ਕੇ ਪਾਇਆ ਹੋਇਆ ਅਤੇ ਕਾਲੀ ਮਿਰਚ ਪਾਈ ਹੋਈ ਆ ਪੀਸ ਕੇ, ਜੋ ਲੱਸੀ ਨੂੰ ਟੇਸਟ ਬਣਾਉਂਦਾ ਅਤੇ ਸੱਸੀ ਦਾ ਸਵਾਦ ਹਾਜ਼ਮੇ ਵਾਸਤੇ ਬਿਲਕੁਲ ਸਹੀ ਹੁੰਦਾ। ਇਹ ਨਮਕ, ਕਾਲਾ ਲੂਣ ਅਤੇ ਜੀਰਾ ਅਤੇ ਕਾਲੀ ਮਿਰਚ ਪਾਈ ਹੋਈ ਇਹਦੇ ਵਿੱਚ, ਅਤੇ ਜਦੋਂ ਪੀਂਦੇ ਆ ਨਾ ਤਾਂ ਸਵਾਦ ਆਉਂਦਾ ਵਾਕਈ ਯਾਰ, ਲੱਸੀ ਦਾ ਟੇਸਟ ਹੈਗਾ, ਸਾਰਾ ਟੇਸਟ ਲੱਸੀ ਦਾ ਇਹ ਬਣਾਉਂਦਾ ਪਿਆ। ਬਾਕੀ ਜਿਹੜੀ ਉਹ ਲੱਸੀ ਚਾਟੀ ਦੀ ਆ ਉਹ ਗਰਮੀ ਗੁਰਮੀ ਹੋਈ ਹੋਵੇ, ਕੁਛ ਵੀ ਹੋਇਆ ਹੋਵੇ, ਸਿੰਪਲ ਲੱਸੀ ਪੀਣੀ ਚਾਹੀਦੀ ਆ। ਅਤੇ ਜੇ ਆਪਾਂ ਵੈਸੇ ਸ਼ੌਂਕੇ ਤੌਰ 'ਤੇ ਲੱਸੀ ਪੀਣੀ ਆ, ਇਹ ਮਸਾਲਾ ਨਮਕ ਵਿੱਚ ਪਾ ਕੇ ਪੀਣੀ ਚਾਹੀਦੀ ਆ। ਇਹਦੇ ਵਿੱਚ ਜੀਰਾ ਕਾਲੀ ਮਿਰਚ ਪਾਈ ਹੋਈ ਆ, ਪੂਰਾ ਟੇਸਟ ਯਾਨੀ ਕਿ ਲੱਸੀ ਦਾ ਇਹ ਬਣਾਉਂਦੀ ਆ। ਇਹ ਨਮਕ ਜਿਹੜਾ ਇਹ ਲੱਸੀ ਵਿੱਚ ਆਪਾਂ ਪਾਉਂਦੇ ਹਾਂ।
हाँ जी भाजी हुणी साडे लई मक्की दी रोटी ते साग साग दी प्लेट लाउण लगे ने। भाजी को पुछदे आ साग दे विच की पाया तुसी? हाँ जी भाजी की पाउंदे तुसी साग दे विच? सब तो पहला जी भाई साग नूं घोटिया जांदा। हाँ जी घोटण तो बाद फिर अहीं जिहड़ा अहीं घरां लोकी खांदे ने साग, हाँ जी सिंपल साग उहनूं आख्या जांदा। हाँ जी ओह जी ए डब्बे च पाया होया वा। हाँ जी जिहड़ा ओह पतीला वा, पतीले विच आपां तड़के साग पाया वा। हाँ जी घोट के अलण पका के, हाँ जी ते फिर तड़का लगाने साग दा। हाँ जी फिर आपां उस च सरों दा तेल पाईदा। हाँ जी सरों दा तेल आपां अग्ग दे उपर रखदे जदों पूरा गर्म हो जांदा साग, हाँ जी तेल थोड़ा तेल गर्म हो जांदा। हाँ जी फिर उस च आपां अदरक पाईदा, अदरक नूं भुन्नीदा। हाँ जी उस तों बाद च पाईदा लसुण पाईदा। हाँ जी ते फिर हरियां मिर्चां कट के ते प्याज कट के ओहदे विच तड़के च पाईदा वा। ते फिर अहीं तड़का उहनूं पूरा चंगी तरह भुन के जो ओहदी स्मैल आई तड़के दी पता लग जांदा वा सारे पासे जी तड़का लग चुक्या वा। ठीक है फिर असीं इहनूं करदे हां सारा मसाला जिहड़ा आपां पा तड़के वाला परौणा परौणा होंदा 6 कप किलो ओहदे विच अहीं पाया होंदा जी। ठीक तड़के समान जिहा कुछ पाईदा। ठीक है अदरक लसुण हरी मिर्च ते प्याज ते सरों दा तेल लगा होया तड़का इहनूं। चलो टेस्ट करदे भाजी फिर। हाँ कोई नहीं आ तुहाडी प्लेट लग रही। ठीक है ठीक है। हाँ जी ये साड़ी मक्की दी रोटी ते साग दी प्लेट आ गई आ, हुण तुहानू असीं इसका टेस्ट करके दसदे आ। इसका टेस्ट बहुत ही ज़्यादा वधिया आ, तुसीं सारे जरूर ट्राई करो इन्हां दी मक्की दी रोटी ते साग गुरु नानक देव यूनिवर्सिटी नियर पुरानी चुंगी। सारे एक बारी जरूर ट्राई करो, बहुत ही स्वाद मक्की दी रोटी ते सरों दा साग ते चाटी दी लस्सी बनाउंदे ने। थैंक यू जी, मिलदे हां नवीं वीडियो विच। चैनल लाइक सबसक्राइब ते शेयर जरूर कर दो, तुहाडे सपोर्ट दी बहुत ज़्यादा लोड़ आ। धन्यवाद जी।